ਪੰਜਾਬ ਦੀ ਧਰਤੀ ਤੇ ਵਰਿਆਂ ਮਗਰੋਂ ਸੰਘਰਸ਼ ਦਾ ਤੇਜ਼ ਤਪਸ਼ਤਾ ਵਾਲਾ ਸੂਰਜ ਚੜਿਆ ਹੈ। ਖੇਤੀ ਆਰਡੀਨੈਂਸ ਨੇ ਪੂਰੇ ਪੰਜਾਬ ਅਤੇ ਹਰਿਆਣੇ ਵਿੱਚ ਇੱਕ ਅਜਿਹਾ ਕਿਸਾਨਾਂ ਦਾ ਇਕੱਠ ਹੋ ਚੁੱਕਾ ਹੈ ਜੋ ਕਿ ਇਸ ਖੇਤੀ ਆਰਡੀਨੈਂਸ ਦੇ ਖਿਲਾਫ ਹਨ, ਪਰ ਸਰਕਾਰਾਂ ਹਜੇ ਵੀ ਤਸ ਤੋਂ ਮਸ ਹੋ ਨਹੀਂ ਰਹੀਆਂ। ਪਰ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਜਾਰੀ ਰੱਖਣ ਲਈ ਅੱਗੇ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾਂ ਵਿੱਚੋਂ ਹੀ ਪੰਜਾਬ ਦੇ ਇੱਕ ਕਿਸਾਨ ਪਿੰਡੋ ਪਿੰਡ ਹੁੰਦਿਆਂ ਹੋਇਆਂ ਹਰੇਕ ਇਲਾਕੇ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉੱਥੇ ਹੀ ਨਾਲ ਹੀ ਪਿੰਡ ਦੇ ਲੋਕਾਂ ਤੋਂ ਸਹਾਇਤਾ ਵੀ ਲੈ ਰਹੇ ਨੇ, ਜਿਵੇਂ ਕਿ ਖਾਣ ਪੀਣ ਦੀ ਅਤੇ ਜੋ ਰਸਤ ਉਹਨਾਂ ਨੂੰ ਚਾਹੀਦੀ ਹੈ ਇਹਨਾਂ ਮੋਰਚਿਆਂ ਦੇ ਵਿੱਚ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਦੇ ਲਈ। ਪਿੰਡਾਂ ਦੇ ਲੋਕ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟ ਰਹੇ, ਉਹ ਵੀ ਵੱਧ ਚੜ ਕੇ ਜਿੰਨਾ ਕੋਈ ਕੁਝ ਕਰ ਸਕਦਾ ਹੈ ਉਂਝ ਹੀ ਇਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਪਟਿਆਲੇ ਵਿੱਚ ਇੱਕ ਹਰੀਪੁਰ ਦੇ 75 ਸਾਲ ਦੇ ਬਜ਼ੁਰਗ ਨੇ ਆਪਣੀ ਪੈਨਸ਼ਨ ਦੇ ਪੈਸੇ ਇਕੱਠੇ ਕਰਕੇ 1,000 ਰੁਪਿਆ ਇਸ ਮੋਰਚੇ ਦੇ ਲਈ ਪ੍ਰਧਾਨ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਪ੍ਰਧਾਨ ਸਾਹਿਬ ਨੇ ਮਨਾ ਕਰ ਦਿੱਤਾ ਅਤੇ ਕਿਹਾ ਕਿ ਸਗੋਂ ਕਿ ਸਾਨੂੰ 1 ਰੁਪਿਆ ਦੇ ਦਿਓ, ਉਹੀ ਸਾਡੇ ਲਈ ਲੱਖਾਂ ਵਰਗਾ ਹੋਵੇਗਾ। ਪਿੰਡ ਕੋਠੀ ਗੁਰੂ ਬਠਿੰਡਾ ਕਿਸਾਨ ਆਗੂ ਜਦੋਂ ਰਾਸ਼ਨ ਇਕੱਠਾ ਕਰ ਰਹੇ ਸੀ ਪਿੰਡੋ ਵਿੱਚ ਤਾਂ ਇੱਕ ਸਫਾਈ ਕਰਮਚਾਰੀ ਵੀ ਅੱਗੇ ਆ ਜਿਸ ਦਾ ਨਾਂ ਦੇਵ ਕਾਰਨ ਦੱਸਿਆ ਜਾ ਰਿਹਾ। ਜਥੇਦਾਰ ਸਾਹਿਬ ਨੂੰ ਉਸਨੇ ਆ ਕੇ 10 ਰੁਪਏ ਫੜਾਏ ਅਤੇ ਕਿਹਾ ਕਿ ਮੇਰੀ ਵੀ ਸੇਵਾ ਪ੍ਰਵਾਨ ਕਰੋ। ਉਸ ਮਜ਼ਦੂਰ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿਉਂ ਇਸ ਵਿੱਚ ਸਹਿਯੋਗ ਦੇ ਰਿਹਾ ਹੈ ਤਾਂ ਉਸਨੇ ਦੱਸਿਆ ਹੈ ਕਿ ਜੇ ਕਿਸਾਨਾਂ ਦੇ ਖੇਤ ਰਹਿਣਗੇ ਤਾਂ ਉਹਨਾਂ ਦੇ ਪਿੰਡ ਰਹਿਣਗੇ, ਜੇ ਪਿੰਡ ਰਹਿਣਗੇ ਤਾਂ ਗਲੀਆਂ ਅਤੇ ਰਾਹ ਰਹਿਣਗੇ, ਤੇ ਜੇ ਰਾਹ ਰਹਿਣਗੇ ਤਾਂ ਹੀ ਉਹਨਾਂ ਕੋਲ ਕੰਮ ਕਾਰ ਰਹੇਗਾ, ਨਹੀਂ ਤਾਂ ਉਹਨਾਂ ਦੇ ਕੋਲ ਕੰਮ ਕਾਰ ਵੀ ਕੁਝ ਨਹੀਂ ਰਹੇਗਾ। ਇਸ ਕਰਕੇ ਉਸਨੇ ਕਿਹਾ ਕਿ ਜੋ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਉਹ ਬਿਲਕੁਲ ਸਹੀ ਹੈ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਕਈ ਵਕੀਲਾਂ ਨੇ ਵੀ ਅੱਗੇ ਆ ਕੇ ਕਿਸਾਨਾਂ ਨੂੰ ਆਪਣੀ ਸੇਵਾਵਾਂ ਫ੍ਰੀ ਚ ਦੇਣ ਦਾ ਫੈਸਲਾ ਕੀਤਾ ਹੈ ਅਤੇ ਟਰੱਕ ਯੂਨੀਅਨਾਂ ਤਰਕਸ਼ੀਲੀਏ ਤੇ ਦੋਧੀਏ ਵੀ ਇਹ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੇ ਨੇ। ਮਾਨਸਾ ਦੇ ਕਿਸਾਨ ਆਗੂ ਰਾਮ ਸਿੰਘ ਭੈਣੀ ਦੱਸਦੇ ਹਨ ਕਿ ਪਿੰਡ ਤਾਮਕੋਟ ਅਤੇ ਵਹਾਰ ਕੇ ਦੇ ਕਈ ਆਗੂ ਸਿਆਸਤੀ ਧਿਰਾਂ ਤੋਂ ਟੁੱਟ ਕੇ ਕਿਸਾਨ ਯੂਨੀਅਨ ਦੇ ਨਾਲ ਜੁੜ ਚੁੱਕੇ ਨੇ, ਪਰ ਦੇਖਣਾ ਹੁਣ ਇਹ ਹੋਵੇਗਾ ਕਿ ਪੂਰੇ ਭਾਰਤ ਵਰਸ਼ ਵਿੱਚ ਜਿੱਥੇ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਆਪਣੀ ਫਸਲਾਂ ਦਾ ਸਹੀ ਮੁੱਲ ਲੈ ਰਹੇ ਸਨ ਅਤੇ ਹੋਰ ਵੀ ਕਿਸਾਨ ਜੋ ਵੀ ਸਟੇਟਾਂ ਦੇ ਨੇ ਉਹ ਹੋਰ ਵੀ ਸਟੇਟਾਂ ਦੇ ਨੇ ਭਾਰਤ ਵਿੱਚ ਆਪਣੀ ਫਸਲਵਾੜੀ ਤੋਂ ਕੀਮਤਾਂ ਨਾਲ ਹੀ ਗੁਜ਼ਾਰਾ ਕਰ ਰਹੇ ਸਨ, ਕਿਸਾਨਾਂ ਦੀ ਇਹ ਗੁਹਾਰ ਸੈਂਟਰੀ ਸਰਕਾਰ ਤੱਕ ਸਹੀ ਢੰਗ ਨਾਲ ਪਹੁੰਚੇਗੀ ਜਾਂ ਸੈਂਟਰ ਸਰਕਾਰ ਮੰਨੇਗੀ, ਪਰ ਦੇਖਣ ਨੂੰ ਇਹ ਲੱਗਦਾ ਹੈ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਕੁਝ ਬਿਆਨ ਦਿੱਤੇ ਸੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਪਾਰਲੀਮੈਂਟ ਵਿੱਚ ਅਸੀਂ ਇਹ ਐਗਰੀਕਲਚਰ ਲਾਅ ਜੋ ਨਵਾਂ ਲਿਆ ਰਹੇ ਹਾਂ ਅਮੈਂਡਮੈਂਟ ਇਸ ਨੂੰ ਪਾਸ ਕਰਾਂਗੇ ਅਤੇ ਇਸ ਨਾਲ ਕਿਸਾਨਾਂ ਨੂੰ ਸਹਾਇਤਾ ਮਿਲੇਗੀ, ਪਰ ਦੇਖਣਾ ਇਹ ਹੋਵੇਗਾ ਕਿ ਹੁਣ ਜਿੱਥੇ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦਾ ਮੁੱਲ ਇੱਕ ਪ੍ਰਾਈਵੇਟ ਅਦਾਰੇ ਵੱਲੋਂ ਹੀ ਮੁਹੱਈਆ ਕਰਾਇਆ ਜਾਏਗਾ ਕਿ ਉਸ ਵਿੱਚ ਵਾਧਾ ਹੋਊਗਾ ਜਾਂ ਫਿਰ ਕਿਸਾਨ ਦੀ ਹਾਲਤ ਜੋ ਪਹਿਲਾਂ ਮਾੜੀ ਸੀ ਉਸ ਨੂੰ ਵਿੱਚ ਹੋਰ ਵੀ ਗਿਰਾਵਟ ਦੇਖਣ ਨੂੰ ਮਿਲੇਗੀ। ਕਿਸਾਨਾਂ ਨੇ ਇਸ ਵਿੱਚ ਮੋਦੀ ਸਰਕਾਰ ਅਤੇ ਹੋਰ ਵੀ ਸਰਕਾਰਾਂ ਦਾ ਦੋਸ਼ ਲਾਇਆ ਕਿ ਉਹ ਸਭ ਨੇ ਆਪਣੀਆਂ ਕੋਆਪਰੇਟ ਘਰਾਣਿਆਂ ਨੂੰ ਸਹੂਲਤਾਂ ਦੇਣ ਲਈ ਅਤੇ ਉਹਨਾਂ ਦੇ ਫਾਇਦੇ ਲਈ ਕਿਸਾਨਾਂ ਦੀ MSP ਜੋ ਕਿ ਇੱਕ ਪੱਕੀ ਮਿਨੀਮਮ ਸੇਲਿੰਗ ਪ੍ਰਾਈਸ ਕੋਸਟ ਹੁੰਦੀ ਹੈ ਉਸ ਨੂੰ ਖਤਮ ਕਰਨ ਦੇ ਲਈ ਅਤੇ ਕਿਸਾਨਾਂ ਦੇ ਕੋਲੋਂ ਸਸਤੀਆਂ ਫਸਲਾਂ ਲੈਣ ਦੇ ਲਈ ਇਹ ਸਭ ਕੁਝ ਕੀਤਾ ਹੈ।